ਲਾਈਵ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਰੋੜਕੀ ਵਿਖੇ, ਜਿੱਥੇ ਕਿ ਪੂਰੀ ਗਹਿ ਅਕੈਡਮੀ ਟੱਕਰ ਦੇ ਵਿੱਚ 21 ਵੋਟਾਂ ਨਾਲ ਬਲਵਿੰਦਰ ਸਿੰਘ ਹੈ ਜਿਹੜੇ ਸਰਪੰਚ ਬਣ ਚੁੱਕੇ ਨੇ। ਪਿੰਡ ਦੇ ਵਿਕਾਸ ਦੇ ਮੁੱਦਿਆਂ ਬਾਰੇ ਉਹਨਾਂ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਜਿੱਤ ਦੀਆਂ ਲੱਖ ਲੱਖ ਵਧਾਈਆਂ ਜੀ। ਪਿੰਡ ਦੇ ਵਿਕਾਸ ਦੀ ਆਪਾਂ ਗੱਲ ਕਰੀਏ, ਕਿਹੜੇ ਪਿੰਡ ਦੇ ਵਿਕਾਸ ਨੇ ਜਿਹੜੇ ਕਿ ਤੁਸੀਂ ਲੋਕਾਂ ਨੂੰ ਕਹਿ ਕੇ ਵੋਟਾਂ ਵਸੂਲ ਕੀਤੀਆਂ, ਅਤੇ ਕਿਹੜੇ ਕਿਹੜੇ ਮੁੱਦੇ ਜਿਹੜੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਓਗੇ? ਪਿੰਡ ਦੀਆਂ ਗਲੀਆਂ ਨਾਲੀਆਂ ਦਾ ਮੁੱਦਾ ਜੀ, ਪਾਣੀ ਦੀ ਨਿਕਾਸੀ ਦਾ, ਵਾਟਰ ਵਾਸ ਦਾ, ਸਕੂਲ ਦਾ, ਸਮਸਾਮ ਘਾਟ ਦਾ ਜੀ, ਅਤੇ ਬਾਕੀ ਜੋ ਪਿੰਡ ਦਾ ਸਹਿਯੋਗ ਮਿਲੂ ਉਹ ਵੀ ਅਸੀਂ ਕੰਮ ਕਰਾਂਗੇ। ਸਭ ਤੋਂ ਵੱਡਾ ਮੁੱਦਾ ਵਾਟਰ ਵਾਸ ਦਾ ਜੀ, ਕਿਉਂਕਿ ਉੱਥੇ ਪਾਣੀ ਅਸੀਂ ਖੂਬਲ ਲਾਉਣਾ ਚਾਹੁੰਦੇ। ਠੀਕ ਹੈ ਜੀ, ਪਿੰਡ ਦੇ ਸਹਿਯੋਗ ਦੇ ਨਾਲ। ਠੀਕ ਹੈ ਠੀਕ ਹੈ। ਇਹ ਜਿਹੜੀ ਜਿੱਤ ਹੈ ਤੁਹਾਡੀ, ਸਿਰਫ 21 ਵੋਟਾਂ 'ਤੇ ਜਿੱਤ ਹੋਈ ਹੈ, ਦੋਨੇ ਹੀ ਕੈਂਡੀਡੇਟ ਬਹੁਤ ਹਾਵੀ ਸੀ, ਇਸ ਜਿੱਤ ਦਾ ਸਿਹਰਾ ਤੁਸੀਂ ਕਿਸ ਨੂੰ ਦੇਣਾ ਚਾਹੋਗੇ? ਅਸੀਂ ਉਸਦਾ ਸਿਹਰਾ ਪਿੰਡ ਵਾਸੀਆਂ ਨੂੰ ਦੇਣਾ ਚਾਹੁੰਦੇ ਹਾਂ, ਜਿਸ ਨੇ ਸਾਨੂੰ ਚੁਣਿਆ, ਸਾਡੀ ਇਮਾਨਦਾਰੀ, ਸਾਡੀ ਨਰਮਾਈ, ਅਸੀਂ ਪਿੰਡ ਵਾਸੀਆਂ ਧੰਨਵਾਦ। ਕਿਹੜੇ ਕਿਹੜੇ ਮੁੱਦੇ ਜੀ ਜਿਹੜੇ ਤੁਸੀਂ ਪਹਿਲ ਦੇ ਆਧਾਰ 'ਤੇ ਪਿੰਡ ਦੇ ਹੱਲ ਕਰਵਾਉਣਾ ਚਾਹੋਗੇ? ਸਾਡੇ ਪਿੰਡ ਦੇ ਕੁਛ ਤਾਂ ਗਲੀਆਂ ਮਤਲਬ ਬਹੁਤ ਕੱਚੀਆਂ ਪਈਆਂ ਜੀ, ਅਸੀਂ ਚਾਹੁੰਦੇ ਹਾਂ ਵੀ ਸਾਡੀਆਂ ਗਲੀਆਂ ਪੱਕੀਆਂ ਹੋ ਜਾਣ। ਇੱਕ ਸਕੂਲ ਦਾ ਸਾਡੇ ਦਾ ਮਤਲਬ ਬਹੁਤ ਬੁਰਾ ਹਾਲ ਹੈ ਜੀ, ਸਕੂਲ ਵਧੀਆ ਬਣ ਜੇ। ਇੱਕ ਖਾਸ ਪਾਣੀ ਦਾ ਜਿਹੜਾ ਹੈਗਾ ਬਹੁਤ ਬੁਰਾ ਹਾਲ ਹੈ ਜੀ, ਬਹੁਤ ਸਾਰਾ ਬਿੱਲ ਪਿਆ ਪਿਛਲੀਆਂ ਪੰਚਾਇਤਾਂ ਦਾ ਜਿਹੜਾ ਪਿਆ, ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਰੇ ਪਿੰਡ ਦੇ ਸਹਿਯੋਗ ਨਾਲ ਉਹ ਬਿੱਲ ਭਰਿਆ ਜਾਵੇ, ਅਤੇ ਬਾਕੀ ਜਿਹੜੇ ਕੋਈ ਮਾੜੇ ਮੋਟੇ ਛੋਟੇ ਮੋਟੇ ਰਹਿੰਦੇ ਕੰਮ ਹੈ ਜੀ, ਸਾਰੇ ਹੋ ਜਾਣ, ਅਤੇ ਜੇ ਪਿੰਡ ਸਾਰਾ ਸਾਥ ਦੇਵੇ ਜੀ, ਅਸੀਂ ਚਾਹੁੰਦੇ ਵੀ ਪਿੰਡ ਦੇ ਸਹਿਯੋਗ ਨਾਲ ਹੀ ਸਾਰਾ ਕੰਮ ਹੋ ਜਾਵੇ, ਬਹੁਤ ਚੰਗੀ ਗੱਲ ਹੈ।